ਨਰਪ੍ਰਭੂ ਸ਼ਾਸਿਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੀ ਭਾਲ ਦੇ ਵਿੱਚ ਕਿਸਾਨਾਂ ਦੀ ਭਾਲ ਦੇ ਵਿੱਚ ਇੱਕ ਏਰੀਏ ਦੇ ਕਿਸਾਨਾਂ ਨੂੰ ਆਪਾਂ ਮਿਲਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸੇ ਤਰ੍ਹਾਂ ਹੀ ਅੱਜ ਇੱਕ ਫੇਰ ਤੁਹਾਨੂੰ ਇੱਕ ਨਵੀਂ ਫਸਲ ਦਿਖਾ ਰਹੇ ਹਾਂ ਜਿਹਦੇ ਵਿੱਚ ਆਪਾਂ ਖਰਬੂਜੇ ਦੀ ਫਸਲ ਦੇਖਾਂਗੇ ਬੋਬੀ ਮਸਕ ਮੱਲਣ ਦੀ ਖੇਤੀ ਕਿਵੇਂ ਹੁੰਦੀ ਹੈ ਉਹਦੀ ਆਪਾਂ ਗੱਲ ਕਰਾਂਗੇ ਕਦੋਂ ਤਿਆਰੀ ਹੁੰਦੀ ਹੈ ਖੇਤਾਂ ਦੀ ਕਦੋਂ ਬੀਜ ਕਿੱਥੋਂ ਬੀਜ ਕੀ ਰੇਟ ਮਿਲਦਾ ਸਾਰੇ ਇਹ ਸਿਸਟਮ ਇਹ ਨਹੀਂ ਆਮ ਸਵਾਲ ਹੁੰਦੇ ਆ ABC ਵਰਗੇ ਸਵਾਲ ਆਪਣੇ ਨਾਲ ਇੱਕ ਵੀਰ ਜਿਹੜਾ 5 ਸਾਲ ਤੋਂ ਖੇਤੀ ਕਰ ਰਿਹਾ ਜਿਹੜਾ ਕਿ ਪਿੰਡ ਹਸਨ ਦੇ ਵਿੱਚ ਰਹਿੰਦਾ ਤੇ ਜਿਹਨਾਂ ਦਾ ਨਾਮ ਸੁਮਨਪ੍ਰੀਤ ਸਿੰਘ ਵੜੈਚ ਆ ਤੇ ਉਹਨਾਂ ਦੇ ਖੇਤ ਦੇ ਵਿੱਚ ਆਪ ਅੱਜ ਖੜੇ ਹੋਏ ਆ ਇਹਨਾਂ ਦਾ ਪਿੰਡ ਵੀ ਮਰੇਲ ਕੋਟਲਾ ਦੇ ਨੇੜੇ ਆ ਧੂਰੀ ਦੇ ਵੀ ਨੇੜੇ ਆ ਸ਼ੇਰਪੁਰ ਦੇ ਵੀ ਨੇੜੇ ਆ ਬਚਾਲੇ ਸੈਂਟਰ ਦੇ ਵਿੱਚ ਹੀ ਪੈਂਦਾ ਤੇ ਇਹਨਾਂ ਨੇ 5 ਕਿੱਲਾਂ ਦੇ ਆਰ ਬਾਰ ਜਿਹੜਾ ਖਰਬੂਜੇ ਦੀ ਖੇਤੀ ਕੀਤੀ ਹੋਈ ਆ ਖਰਬੂਜੇ ਦੀ ਖੇਤੀ ਦੇ ਵਿੱਚ ਜਿੱਥੇ ਬਹੁਤ ਜਿਆਦਾ ਪੈਸਾ ਲੱਗਦਾ ਉੱਥੇ ਹੀ ਮੁਸ਼ਕਲਤ ਵੀ ਜਿਆਦਾ ਆ ਮਿਹਨਤ ਵੀ ਜਿਆਦਾ ਆ ਮਾਰਕੀਟਿੰਗ ਵੀ ਖੁਦ ਨੂੰ ਕਰਨੀ ਪੈਂਦੀ ਜਿਹੜੇ ਸਬਜ਼ੀਆਂ ਵਾਲੇ ਕਿਸਾਨ ਭਰਾ ਉਹ ਇਹਦੇ ਨਾਲ ਟੱਚ ਦੇ ਵਿੱਚ ਰਹਿੰਦੇ ਆ ਪਰ ਬਜਟ ਵੀ ਜਿਆਦਾ ਹੋਣਾ ਚਾਹੀਦਾ ਜਿੱਥੇ ਸਾਰਿਆਂ ਇਹਨਾਂ ਨੇ ਆਪਦੇ ਹੱਥੀ ਆਪਦੇ ਖੇਤ ਦੇ ਵਿੱਚ ਤਕਨੀਕਾਂ ਵਰਤੀਆਂ ਰਿਸਕਾਂ ਨੂੰ ਹੰਡਾਇਆ ਪੈਸਾ ਖਰਚਿਆ ਜਾਂ ਪ੍ਰੋਫਿਟ ਕਮਾਇਆ ਪਿਛਲੀ ਵਾਰ ਲਾਕਡਾਊਨ ਹੋ ਗਿਆ ਸੀ ਪਰ ਇਸ ਵਾਰ ਵੀ ਅੱਧਾ ਪਚਦਾ ਲਾਕਡਾਊਨ ਚੱਲ ਰਿਹਾ ਸੋ ਸਾਰੀਆਂ ਸਮੱਸਿਆਵਾਂ ਦੇ ਨਾਲ ਆਪਾਂ ਵੀ ਜੀ ਨਾਲ ਵਾਰਤਾ ਲਾਪ ਕਰਾਂਗੇ ਸਸੀ ਗਾ ਵੀ ਜੀ ਸੋਫੀਕਾਰ ਜੀ ਵੀ ਜੀ ਥੋੜਾ ਜਿਹਾ ਪਹਿਲਾਂ ਆਪਣੇ ਬਾਰੇ ਦੱਸੋ ਵੀ ਖਰਬੂਜੇ ਦੀ ਖੇਤੀ ਦੇ ਵਿੱਚ ਤੁਸੀਂ 5 ਕਿੱਲੇ ਸਿੱਧੇ ਤਾਂ ਨਹੀਂ ਲੈ ਗਏ ਪਹਿਲਾਂ ਥੋੜੇ ਥਾਂ ਦੇ ਵਿੱਚ ਟ੍ਰਾਇਲ ਕੀਤਾ ਹੋਊਗਾ ਪਹਿਲੇ ਸਾਲ ਹਾਂਜੀ ਹਾਂਜੀ ਕਿਵੇਂ ਕਿਵੇਂ ਰਿਹਾ ਤੇਰਬਾ ਪਹਿਲੀ ਵਾਰ ਵਾਲਾ ਅਸੀਂ ਪਹਿਲੇ ਫਾਲ ਜੀ ਤਕਰੀਬਨ ਕੋਈ 3 ਕਿੱਲਾਂ ਤੋਂ ਸ਼ੁਰੂ ਕੀਤਾ ਸੀਗਾ ਜੀ ਠੀਕ ਆ ਜੀ ਵੱਡਾ ਹੀ ਵੱਡਾ ਹੀ ਤੁਸੀਂ ਕੰਮ ਸ਼ੁਰੂ ਕੀਤਾ ਹਾਂਜੀ ਪਹਿਲੇ ਫਾਲ ਅਸੀਂ 3 ਕਿੱ ਜੀ ਪਰ ਉਸ ਤੋਂ ਪਹਿਲਾਂ ਮੇਰੇ ਪਿਤਾ ਜੀ ਆਲੂਆਂ ਦੀ ਖੇਤੀ ਜੀ ਕਮਾਟ ਦੀ ਖੇਤੀ ਇਸ ਤੋਂ ਇਲਾਵਾ ਜੀ ਅਸੀਂ ਖੀਰੇ ਦੀ ਬਹੁਤ ਵੱਡੇ ਪੱਧਰ ਤੇ ਖੇਤੀ ਕਰਦੇ ਆ ਰਹੇ ਠੀਕ ਹੈ ਜੀ ਹਾਂ ਤੇ ਪਹਿਲੇ ਸਾਲ ਵਾਲਾ ਤਜਰਬਾ ਤੁਹਾਡਾ ਕਾਮਯਾਬ ਰਿਹਾ ਫੇਰ ਹੀ ਤੁਸੀਂ ਵਧਾਇਆ ਅੱਗੇ ਹਾਂਜੀ ਪਹਿਲੇ ਫਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਸਾਨੂੰ ਮਤਲਬ ਜਿੰਨੀ ਕ ਨੌਲੇਜ ਫੀ ਕਿਉਂਕਿ ਪਹਿਲੇ ਜੇ ਆਪਾਂ ਕੋਈ ਵੀ ਕੰਮ ਜਦੋਂ ਸ਼ੁਰੂ ਦੇ ਵਿੱਚ ਕਰਦੇ ਆਂ ਪਹਿਲੀ ਪਹਿਲੀ ਵਾਰ ਹਾਂਜੀ ਆਪਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਜੀ ਜਿਵੇਂ ਮਾਰਕੀਟਿੰਗ ਦੀ ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਆ ਕਿ ਮੈਦੀ ਆਪਾਂ ਪੈਕਿੰਗ ਕਰਨੀ ਹੈ ਇਹਦੀ ਕਿਹੜੀ ਮੰਡੀ ਦੇ ਵਿੱਚ ਭੇਜਣਾ ਹੈ ਕਿੱਦਾਂ ਗ੍ਰੇਡ ਕਮੀ ਕਰਨੀ ਹੈ ਹਾਂ ਜੀ ਕਿਵੇਂ ਗ੍ਰੇਡ ਵਾਦਣਾ ਪੁੱਛਣਾ ਕਿਵੇਂ ਹੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਅਸੀਂ ਪਹਿਲੇ ਫਾਲ ਜਦੋਂ ਸ਼ੁਰੂ ਕੀਤਾ ਕੰਮ ਸਾਨੂੰ ਕਾਫੀ ਮੁਸ਼ਕਲ ਆਈਆਂ ਜੀ ਠੀਕ ਹੈ ਜੀ ਪਹਿਲੇ ਫਾਲ ਸਾਨੂੰ ਚੰਗਾ ਰੇਟ ਵੀ ਨਹੀਂ ਮਿਲਿਆ ਕਮਿਸ਼ਨਾਂ ਜੰਟਾ ਨਹੀਂ ਆ ਜੀ ਬਹੁਤ ਘੱਟ ਰੇਟ ਦੇਤੇ ਸਾਨੂੰ ਉਹ ਤਾਂ ਵੈਸੇ ਹੀ ਨਖਰੇ ਉਹਨਾਂ ਦੇ ਤਾਂ ਖਤਮ ਹੀ ਨਹੀਂ ਹੁੰਦੇ ਜੀ ਹਾਂਜੀ ਬਿਲਕੁਲ ਆਪਾਂ 6 ਮਹੀਨੇ ਲਾ ਕੇ 5 ਮਹੀਨੇ ਲਾ ਕੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਆਪਣੀ ਫਸਲ ਤਿਆਰ ਕਰਦੇ ਹਨ ਉਹਨਾਂ ਨੇ ਇੱਕ ਸਕਿੰਟ ਨਹੀਂ ਲਾਉਣਾ ਹੈਗਾ ਨੌਸ ਕੱਟਣ ਲਈ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਨੌਲਜ ਨੌਲਜ ਨਹੀਂ ਫੀ ਹੈਗੀ ਠੀਕ ਹੈ ਜੀ ਨਾ ਨੌਲਜ ਹੋਣ ਕਰਕੇ ਤੇ ਸਾਨੂੰ ਫਿਰ ਕਮਿਸ਼ਨ ਏਜੰਟਾਂ ਨੇ ਵਿੱਚੋਂ ਸਾਨੂੰ ਕੁਝ ਭਾਅ ਘੱਟ ਦੇਣਾ ਰੇਟ ਹੂੰ ਤੇ ਉਹਨਾਂ ਨੇ ਆਪ ਵੱਧ ਮੁਨਾਫਾ ਕਮਾਉਣਾ ਵਿੱਚੋਂ ਠੀਕ ਹੈ ਜੀ ਇਸ ਚੀਜ਼ ਦੀ ਸਾਨੂੰ ਕਾफी ਮਾਰ ਚੱਲਣੀ ਪਈ ਜੀ ਹੌਲੀ ਹੌਲੀ ਸਾਨੂੰ ਇਹਦਾ ਤਜਰਬਾ ਆ ਵੀ ਇਹਦੀ ਮਾਰਕੀਟਿੰਗ ਕਿੱਥੇ ਹੁੰਦੀ ਹੈਗੀ ਇਹਦੀ ਮਾਰਕੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈਗਾ ਇਸ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਹੈ ਜੀ ਠੀਕ ਹੈ ਜੀ ਅਮੈਂ ਮੋٹے ਮੋٹے ਇੱਕ ਫੱਟ ਸਵਾਲਾਂ ਦੀ ਤੁਹਾਡੇ ਤੇ ਛੜੀ ਕਰਾਂ ਕਿ ਉਹਦੇ ਵਿੱਚ ਪਹਿਲਾ ਸਵਾਲ ਇਹ ਹੀ ਆ ਕਿ ਇਹਦਾ ਵੀ ਕਿੰਨਾ ਕੁ ਮਹਿੰਗਾ ਤੇ ਕਿੱਥੋਂ ਮਿਲਦਾ ਹਾਂਜੀ ਇਹ ਜਿਹੜੀ ਵੈਰਾਈਟੀ ਹੈ ਜੀ ਇਹ ਇਹ ਤਾਈਵਾਨ ਦੀ ਵੈਰਾਈਟੀ ਹੈ ਠੀਕ ਹੈ ਜੀ ਤੇ ਇਹਦਾ ਬੀਜ ਜਿਹੜਾ ਉਹ 8000 ਰੁਪਏ ਕਿਲੋ ਕੰਪਨੀ ਦਾ ਰੇਟ ਹੈ ਜੀ ਠੀਕ ਹੈ ਜੀ ਪਰ ਜੇ ਆਪਾਂ ਪਿਛਲੇ ਫਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਇਹ ਕੰਪਨੀ ਦਾ ਜਿਹੜਾ ਫੀਡ ਹੈ ਉਹ 2-2 ਲੱਖ ਰੁਪਏ ਤੱਕ ਕਿਲੋ ਵੀ ਵੇਚਿਆ ਜੀ ਵਿਕ ਗਿਆ ਹਾਂਜੀ ਬਲੈਕ ਦੇ ਵਿੱਚ ਵੀ ਵਿਕਿਆਗਾ ਠੀਕ ਹੈ ਕਿੰਨੇ ਕਿਲੋ ਸੀਡ ਇੱਕ ਕਿੱਲੇ ਚ ਪੈਂਦਾ ਜਾਂ ਕਿੰਨੇ ਦਾ ਬੀਜ ਪੈਂਦਾ ਹਾਂਜੀ ਇਹਦਾ ਜਿਹੜਾ ਫੀਡ ਹੈਗਾ ਇੱਕ ਏਕੜ ਦੇ ਵਿੱਚ 150 ਗ੍ਰਾਮ ਲੱਗਦਾ ਜੀ। ਅੱਛਾ ਜੀ। ਇੱਕ ਏਕੜ ਦੇ ਵਿੱਚ 150 ਗ੍ਰਾਮ ਸੀਡ ਦੇ ਆਪਾਂ ਸੀਡਲਿੰਗ ਹੁੰਦੀ ਹੈ। ਹਾਂਜੀ, ਡਾਇਰੈਕਟ ਸੋਇੰਗ ਕਰ ਦਿੰਦੇ ਆਪਾਂ। ਸਿੱਧਾ ਫੀਲਡ ਲਾਉਣੀ ਹੈ ਤਾਂ 150 ਗ੍ਰਾਮ ਨਾਲ ਇੱਕ ਏਕੜ ਦੇ ਵਿੱਚ। ਉਹਦੀ ਉਹਦੀ ਫਿਰ ਕਈ ਵਾਰ ਕੋਈ ਬੇਲ ਖਰਾਬ ਹੋ ਜਾਂਦੀ ਹੈ ਜਾਂ ਕੋਈ ਕੱਟ ਹੋ ਜਾਂਦਾ ਤਾਂ ਤੁਸੀਂ ਰਿਕਵਰੀ ਕਰਨ ਵਾਸਤੇ ਜਾਂ ਪਲਾਂਟ ਦਾ ਗੈਪ ਫਿਲ ਕਰਨ ਵਾਸਤੇ ਟ੍ਰੇਆਂ ਦੇ ਵਿੱਚ ਵੀ ਅਲੱਗ ਤੌਰ ਤੇ ਤਿਆਰ ਕਰ ਲਓ। ਬਿਲਕੁਲ ਜੀ, ਬਿਲਕੁਲ। ਜਦੋਂ ਆਪਾਂ ਦਸੰਬਰ ਦੇ ਵਿੱਚ ਅਸੀਂ ਇਹਨੂੰ ਲਾਇਆ ਸੀਗਾ। ਹਾਂਜੀ। ਦਸੰਬਰ ਦੇ ਵਿੱਚ ਲਾਉਣ ਤੋਂ ਬਾਅਦ ਇਦੇ ਵਿੱਚ ਆਪਾਂ ਦੇਖ ਰਹੇ ਕਿਉਂਕਿ ਉਸ ਟਾਈਮ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ। ਹਾਂਜੀ। ਕੋਹਰਾ ਪੈ ਰਿਹਾ ਹੁੰਦਾ ਜੀ। ਕੋਹਰਾ ਪੈ ਰਿਹਾ ਹੁੰਦਾ ਜੀ। ਜਿਹੜਾ ਇਹਦਾ ਫੀਡ ਆ ਉਹ 100% ਪੂਰਾ ਜਰਮੀਨੇਸ਼ਨ ਨਹੀਂ ਕਰਦਾ ਹੈਗਾ। ਠੀਕ ਹੈ ਜੀ। ਸੋ ਉਸ ਨੂੰ ਆਪਾਂ ਗੈਪ ਨੂੰ ਭਰਨ ਦੇ ਲਈ ਪੂਰੇ ਕਰਨ ਦੇ ਲਈ ਅਸੀਂ ਫਿਰ ਕੋਕੋ ਪੀਟ ਦੇ ਵਿੱਚ ਜਿਹੜਾ ਇਹਦੀ ਉਹ ਨਰਫਰੀ ਤਿਆਰ ਕਰਦੇ ਟਰੇਜ ਕਰਦੇ ਆ ਟਰੇਆਂ ਦੇ ਵਿੱਚ ਤਿਆਰ ਕਰਦੇ ਆ ਜੀ ਠੀਕ ਹੈ ਉਹ ਫਿਰ ਕਿਸੇ ਸ਼ੈੱਡ ਵਗੈਰਾ ਕੋਠੇ ਚ ਕਰਦੇ ਤਿਆਰ ਜੀ ਨਹੀਂ ਅਸੀਂ ਮਤਲਬ ਇਹਦੇ ਜਦੋਂ ਆਪਾਂ ਇਹਨੂੰ ਲੱਗਿਆ ਹੁੰਦਾ ਨਾ ਫੀਡ ਵਗੈਰਾ ਹਾਂਜੀ ਇਹਦੇ ਵਿੱਚ ਹੀ ਰੱਖ ਦਿੰਦੇ ਆ ਨਾਈਟ ਰਿਆਂ ਠੀਕ ਤੁਸੀਂ ਲੋ ਟਨਲ ਕਰਦੇ ਹੋ ਇਹਨੂੰ ਲੋ ਟਨਲ ਕੀਤਾ ਹੁੰਦਾ ਹਾਂਜੀ ਕਿਉਂਕਿ ਦਫੰਬਰ ਦੇ ਵਿੱਚ ਲੱਗਦਾ ਉਸ ਟਾਈਮ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਹਾਂਜੀ ਲੋ ਟਨਲ ਇਹਦੇ ਵਿੱਚ ਹੀ ਅਸੀਂ ਇੱਥੇ ਜਿੱਥੇ ਕਿਤੇ ਪਾਣੀ ਦਾ ਪ੍ਰਬੰਧ ਹੋਵੇ ਹਾਂਜੀ ਉੱਥੇ ਇਹਦੇ ਵਿੱਚ ਹੀ ਰੱਖ ਦਿੰਦੇ ਆ ਪੋਲੀਥੀਨ ਦੇ ਠੀਕ ਹੈ ਜੀ ਤੇ ਉਹਦੀ ਸਾਮ ਸੰਭਾਲ ਪੂਰੀ ਕਰਨੀ ਪੈਂਦੀ ਠੀਕ ਖੇਤ ਦੀ ਤਿਆਰੀ ਦੇ ਵਿੱਚ ਇਹਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਜੀ ਸੋ ਆਪਾਂ ਪਹਿਲਾਂ ਤਾਂ ਜਿਵੇਂ ਖੇਤ ਨੂੰ ਵਾਣ ਚੰਗੀ ਤਰ੍ਹਾਂ ਖੇਤ ਆਪਣਾ ਸਾਫ਼ ਹੋਣਾ ਚਾਹੀਦਾ ਜਿਵੇਂ ਆਪਣੇ ਖੇਤ ਆ ਜੀ ਇਹ ਝੋਨੇ ਵਾਲਾ ਬਾਣ ਹੈਗਾ ਠੀਕ ਹੈ ਜੀ ਸੋ ਇਹ ਖੇਤ ਦੇ ਵਿੱਚ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਖੇਤ ਨੂੰ ਬਾਹੀ ਕਰਕੇ ਜਿਹਨੂੰ ਆਪਾਂ ਕਹਿੰਦੇ ਨੇ ਭਾਲ ਬਣਾ ਕੇ ਖੇਤ ਦੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਦੇ ਵਿੱਚ ਜਿਹੜੀ ਬੇਸਲ ਡੋਜ਼ ਆ ਉਹ ਪਾਉਣੀ ਪੈਂਦੀ ਹੈ ਜੀ ਖਾਦਾਂ ਵਗੈਰਾ ਕੀ ਕੁਝ ਕੀ ਕੁਝ ਪਾਉਣਾ ਤੁਸੀਂ ਬੇਸਲ ਡੋਜ਼ ਦੇ ਵਿੱਚ ਆਪਾਂ ਨੇ ਖੇਤ ਦੇ ਹਿਸਾਬ ਦੇ ਨਾਲ ਹਾਂਜੀ ਅਸੀਂ ਖੇਤ ਦੇ ਵਿੱਚ ਇਹਦੇ ਵਿੱਚ ਜੀ ਸਾਰੇ ਤੱਤ ਜਿਹੜੇ ਫੂਲਾਂ ਨਿਊਟ੍ਰੀਐਂਟ ਨੇਗੇ ਉਹ ਅਸੀਂ ਆਪਾ ਲਾਭਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂਗੇ ਜਿਹਦੇ ਵਿੱਚ ਡੀਏਪ ਪੋਟਾਫ ਸਲਫਰ ਮੈਗਨੀਸ਼ੀਅਮ ਬੋਰਨ ਕਾਪਰ ਸਾਰੇ ਤੱਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਵਿੱਚ ਠੀਕ ਹੈ ਜੀ ਤੇ ਸੁੱਕੇ ਦੇ ਵਿੱਚ ਬੈਡ ਕੱਢਣ ਤੋਂ ਬਾਅਦ ਮਲਚਿੰਗ ਪੇਪਰ ਬਣਾਇਆ ਜਾਂਦਾ ਨਾਲ ਦੀ ਨਾਲ ਵਿਛਾਇਆ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਫਿਰ ਕੋਈ ਤੁਸੀਂ ਮਾਰਕਿੰਗ ਕਰਦੇ ਹੋ ਜਿਸ ਤਰ੍ਹਾਂ ਬੀਜ ਸਿਡਲਿੰਗ ਕੀਤੀ ਜਾਂਦੀ ਹੈ ਅਸੀਂ ਇਹਦੇ ਵਿੱਚ ਜੀ ਫਾਰਾਂ ਤੋਂ ਪਹਿਲਾਂ ਖੇਤ ਨੂੰ ਤਿਆਰ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜੀ ਆਪਣੀ ਖਾਦ ਹੈਗੀ ਜਿਹੜੀ ਬੇਫੋਲ ਡੋਸ ਆ ਉਹ ਪਾਉਣ ਤੋਂ ਬਾਅਦ ਅਫੀ ਦੇ ਵਿੱਚ ਫਿਰ ਬੈੱਡ ਬਣਾਉਨੇ ਆ ਜੀ ਠੀਕ ਹੈ ਜੀ ਯਾਨੀ ਕਿ ਮਸ਼ੀਨ ਦੇ ਨਾਲ ਮਲਚਿੰਗ ਪਾਈ ਜਾਂਦੀ ਹੈਗੀ ਦੋਨੇ ਕੰਮ ਇੱਕ ਇੱਕ ਗੇੜੇ 'ਚ ਹੀ ਹੋ ਜਾਂਦੇ ਇੱਕ ਗੇੜੇ ਦੇ ਵਿੱਚ ਹੀ ਨਾਲੇ ਬੈੱਡ ਬਣ ਜਾਂਦੇ ਆ ਜੀ ਸੋ ਨਾਲੇ ਮਲਚਿੰਗ ਬੇਫੀ ਜਾਂਦੀ ਹੈ ਠੀਕ ਹੈ ਬੇਫਣ ਤੋਂ ਬਾਅਦ ਮਲਚਿੰਗ ਫਿਰ ਇਹਦੇ ਵਿੱਚ ਆਲੇ-ਦਾਲੇ ਫਾਈਟਾਂ ਤੋਂ ਕਿਉਂਕਿ ਟਰੈਕਟਰ ਨਹੀਂ ਜਾਂਦਾ ਪ੍ਰੋਪਰ ਹਾਂਜੀ ਸਾਈਡਾਂ ਤੋਂ ਹੱਥਾਂ ਦੇ ਨਾਲ ਫੈਟ ਕਰਨ ਤੋਂ ਪੂਰਾ ਬਾਅਦ ਠੀਕ ਫਿਰ ਉਸ ਤੋਂ ਬਾਅਦ ਪਾਣੀ ਵਾਲੀਆਂ ਖਾਲੀਆਂ ਬਣਾਉਣੀਆਂ ਪੈਂਦੀਆਂ ਨੇ ਜੀ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ ਜਿੱਥੇ ਫੀਡ ਲਾਉਣਾ ਹੈਗਾ ਸੀ ਟੂ ਫੀਡ 1.5 ਫੁੱਟ ਦੀ ਦੂਰੀ ਤੇ ਆਪਾਂ ਨੂੰ ਹੋਲ ਕਰਨੇ ਪੈਂਦੇ ਜੀ ਮੈਨੂਲੀ ਕਰਨੇ ਪੈਂਦੇ ਆ ਹਾਂਜੀ ਬਿਲਕੁਲ ਜੀ ਹੱਥਾਂ ਨਾਲ ਹੀ ਕਰਨੇ ਪੈਂਦੇ ਠੀਕ ਹੈ ਜੀ ਉਸ ਤੋਂ ਬਾਅਦ ਸੀਡ ਲੱਗ ਗਿਆ ਪਾਣੀ ਲੱਗ ਗਿਆ ਲੋਟ ਨਾਲ ਕਰ ਦਿੱਤਾ ਗਿਆ ਬੱਲਾ ਉਗ ਰਹੀਆਂ ਫਿਰ ਕਿਵੇਂ ਸਾਮ ਸੰਭਾਲ ਹੁੰਦੀ ਹੈ ਜਦੋਂ ਇਹਦੀਆਂ ਬੇਲਾਂ ਵਗੈਰਾ ਹ ਹਰੀਆਂ ਹੋਏ ਆਉਂਦੀਆਂ ਨੇਗੀਆਂ ਹਾਂਜੀ ਹਰੀਆਂ ਹੋਣ ਤੋਂ ਬਾਅਦ ਅੱਗੇ ਕਾਫੀ ਕੁਸ਼ੇ ਦੇ ਵਿੱਚ ਨੌਲੇਜ ਦੀਆਂ ਗੱਲਾਂ ਨੇ ਵੀ ਜਿਵੇਂ ਫੀਡ ਹਰਾ ਹੋਣ ਤੋਂ ਬਾਅਦ ਪਲਾਂਟ ਆ ਜਿਹੜਾ ਸੁੱਕਣ ਵੀ ਲੱਗ ਜਾਂਦਾ ਜੀ ਠੀਕ ਹੈ ਜੀ ਸੋ ਉਹਦੇ ਵਿੱਚ ਫਿਰ ਆਪਾਂ ਨੂੰ ਕੁਝ ਦਵਾਈਆਂ ਵੀ ਨੇ ਉਹਨਾਂ ਦਾ ਵੀ ਇਸਤੇਮਾਲ ਡਰੈਂਚਿੰਗ ਵਗੈਰਾ ਕਰਨੀ ਪੈਂਦੀ ਹੈਗੀ ਠੀਕ ਹੈ ਜੀ ਹਾਂਜੀ ਸੋ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਪਲਾਂਟ ਗਰੋਥ ਕਰੀ ਜਾਂਦਾ ਠੀਕ ਹੈ ਜੀ ਸੋ ਉਹਦੀ ਕੇਅਰ ਆਪਾਂ ਨੂੰ ਨਾਲ ਹੁੰਦੇ ਕਰਨੀ ਠੀਕ ਹੈ ਹੁਣ ਤੁਹਾਡੀ ਇਹ ਫਸਲ ਦੀ ਜਿਹੜੀ ਸੀਡਲਿੰਗ ਹੈ ਇਹ ਕਿੰਨੇ ਦਸੰਬਰ ਤੋਂ ਹੋਈ ਵੀ ਹੈ ਹਾਂਜੀ ਇਹ ਦੀ ਜਿਹੜੀ ਆਪਾਂ ਨੇ ਮਤਲਬ ਟਰਾਂਸਪਲੈਂਟ ਸੀਡ ਦੀ ਉਹ ਕੋਈ ਆਪਾਂ 10 ਦਸੰਬਰ ਨੂੰ ਕੀਤੀ ਸੀ ਜੀ ਠੀਕ ਹੈ ਜੀ ਸੀਡ ਦਾ ਕਰਿਆ ਤੁਸੀਂ ਬੱਲ ਨਹੀਂ ਕੀਤੀ ਨਹੀਂ ਜੀ ਖੇਤ ਦੇ ਵਿੱਚ 10 ਦਸੰਬਰ ਨੂੰ ਆਪਾਂ ਨੇ ਖੇਤ ਤਿਆਰ ਕਰਕੇ ਫੀਲਡ ਲਾਤਾ ਸੀਗਾ ਜੀ ਠੀਕ ਹੈ ਇਹ ਝੋਨੇ ਵਾਲਾ ਬਾਣਾ ਨਵੰਬਰ ਦੇ ਵਿੱਚ ਵਿਹਲਾ ਹੋਇਆ 10 ਦਸੰਬਰ ਨੂੰ ਤੁਸੀਂ ਤਿਆਰੀ ਵੇਰੀ ਕਰਕੇ ਸਾਰਾ ਸਿਸਟਮ ਇੰਸਟਾਲ ਕਰਤਾ ਹਾਂਜੀ ਸਰ ਠੀਕ ਹੈ ਤੇ ਹੁਣ ਜਿਹੜਾ ਹੈਗਾ ਮਾਰਚ ਦਾ ਬਿਲਕੁਲ ਐਂਡ ਆ ਤੇ ਫਰੂਟ ਬਣਨਾ ਸ਼ੁਰੂ ਹੋ ਚੁੱਕਿਆ ਫਰੂਟ ਅੱਦੋਂ ਵੱਧ ਬਣ ਵੀ ਚੁੱਕਿਆ ਤੇ ਇਹਦੀ ਹੁਣ ਫਸਲ ਦੀ ਜਿਹੜੀ ਕ੍ਰੌਪ ਕਟਿੰਗ ਆ ਉਹ ਕਦੋਂ ਸ਼ੁਰੂ ਹੋ ਜੂਗੀ ਇਹਦੀ ਜਿਹੜੀ ਕ੍ਰੌਪ ਕਟਿੰਗ ਆ ਤੁਸੀਂ ਦੇਖ ਹੀ ਚੁੱਕੇ ਹੋ ਕਈ ਜਗ੍ਹਾ ਤੇ ਜਿਹੜੀ ਫਰੂਟ ਦੇ ਉੱਪਰ ਜਾਲੀ ਆਉਣ ਸ਼ੁਰੂ ਹੋ ਗਈ ਹੈ ਜੀ ਹਾਂਜੀ ਤੇ ਫਰੂਟ ਦਾ ਫਾਈਜ਼ ਆ ਜਿਹੜਾ ਉਹ ਵੀ ਗੇਨ ਹੋ ਰਿਹਾ ਹੈਗਾ ਹਾਂਜੀ ਇਹ ਉਮੀਦ ਆ ਕੋਈ ਵੀ ਜਿਵੇਂ ਹੁਣ ਮਾਰਚ ਦਾ ਐਂਡ ਚੱਲ ਰਿਹਾ ਦ ਅਪ੍ਰੈਲ ਦੇ ਅਬ ਵਾਫਾਕੀ ਤੋਂ ਬਾਅਦ ਚੱਲਣ ਦੀ ਉਮੀਦ ਹੈ ਜੀ ਠੀਕ ਹੈ 15 ਅਪ੍ਰੈਲ ਤੋਂ ਬਾਅਦ ਹਾਂਜੀ ਤੁਹਾਡੀ ਇਹਦੀ ਕ੍ਰੌਪ ਦੀ ਜਿਹੜੀ ਆ ਕਟਿੰਗ ਚੱਲ ਪਈ ਟੁੜਾਈ ਚੱਲ ਪਈ ਹੈ ਹਾਂਜੀ ਠੀਕ ਹੈ ਜੀ ਤੇ ਮੈਂ ਇੱਥੇ ਕੋਈ ਰੇਟ ਦੀ ਗੱਲ ਨਹੀਂ ਕਰਾਂਗਾ ਕਿਉਂਕਿ ਇਹਦਾ ਕੋਈ ਪੱਕਾ ਰੇਟ ਨਹੀਂ ਕੋਈ ਨਾ ਕੋਈ ਸਰਕਾਰੀ ਰੇਟ ਆ ਨਾ ਸਰਕਾਰ ਖਰੀਦਦੀ ਹੈ ਮੰਡੀ ਦੇ ਵਿੱਚ ਲੈ ਕੇ ਜਾਣਾ ਪੈਂਦਾ ਤੇ ਤੁਸੀਂ ਮੰਡੀ ਫਿਰ ਇੱਕ ਵਾ ਇੱਕ ਨੂੰ ਪ੍ਰੇਫਰ ਕਰਦੇ ਹੋ ਜਾਂ ਦੋ ਚਾਰ ਮੰਡੀਆਂ ਨੂੰ ਰੇਟ ਕਿਵੇਂ ਬੈਨੀਫਿਟ ਦਿੰਦਾ ਤੁਹਾਨੂੰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਵੀ ਦੇਖੋ ਆਪਾਂ ਜੇ ਇੱਕ ਮੰਡੀ ਦੇ ਵਿੱਚ ਮਾਲ ਜ਼ਿਆਦਾ ਭੇਜਦੇ ਆਂਗੇ ਸੋ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਆਪਾਂ ਨੂੰ ਲਾਫ ਦੇ ਵਿੱਚ ਜਾਣਾ ਪੈਂਦਾ। ਹਾਂਜੀ। ਸੋ ਉਹਦੇ ਨਾਲੋਂ ਬੈਟਰ ਇਹ ਐਬ ਵੀ ਜੇ ਆਪਾਂ ਇਹਦੀ ਖੁਦ ਆਪ ਮਾਰਕੀਟ ਕਰ ਸਕਦੇ ਆਂਗੇ। ਉਹ ਤਾਂ ਸਭ ਤੋਂ ਵਧੀਆ ਚੀਜ਼ ਆ ਜੀ। ਸੋਨੇ ਦੇ ਫਹਾਗੇ ਵਾਲੀ ਚੀਜ਼ ਆ। ਠੀਕ ਆ ਜੀ। ਪਰ ਜੇ ਹੋ ਫਕੇ ਆਪਾਂ ਨਹੀਂ ਕਰ ਸਕਦੇ ਉਹ ਚੀਜ਼ ਨੂੰ ਕਿਉਂਕਿ ਹਰ ਇੱਕ ਇਨਫਾਨ ਨਹੀਂ ਕਰ ਸਕਦਾ। ਅਸੀਂ ਵੀ ਨਹੀਂ ਕਰ ਸਕਦੇ ਖੁਦ। ਐਵੇਂ ਕਹਿ ਦਈਏ ਕਿਉਂਕਿ ਇੰਨਾ ਏਰੀਆ ਅਸੀਂ ਹਾਰਵੈਸਟਿੰਗ ਕਰਾਂਗੇ ਜਾਂ ਇਹਨੂੰ ਵੇਚਾਂਗੇ। ਜੀ। ਸੋ ਤਾਂ ਕਰਕੇ ਵੀ ਆਪਾਂ ਨੂੰ ਹਰ ਮੰਡੀ ਦੇ ਵਿੱਚ ਥੋੜਾ ਥੋੜਾ ਭੇਜਣਾ ਚਾਹੀਦਾ ਹੈਗਾ। ਤਾਂ ਕਿ ਆਪਣਾ ਜਿਹੜਾ ਰੇਟ ਆ ਵਧੀਆ ਮਿਲ ਸਕੇ ਆਪਾਂ ਠੀਕ ਹੈ ਜੀ ਮੈਂ ਪ੍ਰੋਡਕਸ਼ਨ ਦੀ ਗੱਲ ਕਰਾਂ ਵੀ ਕਿੰਨੇ ਕੁ ਤੱਕ ਦਾ ਪੋਟੈਂਸ਼ੀਅਲ ਆ ਜਿਵੇਂ ਆਪਣਾ ਆਮ ਕਿਸਾਨਾਂ ਨੂੰ ਗੱਲ ਸਮਝ ਆਉਂਦੀ ਹੈ ਕਣਕ ਝੋਨੇ ਵਾਲੀ ਕਿ 25 ਕੁਆਂਟਲ ਤੋਂ ਲੈ ਕੇ 40 ਕੁਆਂਟਲ ਦੇ ਨੇੜੇ ਦੋਨੇ ਫਸਲਾਂ ਝਾੜਦੇ ਆ ਕਮੈਨ ਨਾ ਕੱਟੀਆਂ ਜਾਂਦੀਆਂ ਪਰ ਇਹਨਾਂ ਦਾ ਲੀਵਰ ਤੋੜਦੀ ਹੈ ਗੱਡਾਂ 'ਚ ਭਰ ਕੇ ਮੰਡੀ ਜਾਂਦਾ ਕਿੰਨੀ ਕੁ ਪ੍ਰੋਡਕਸ਼ਨ ਇੱਕ ਸਾ ਇੱਕ ਫਸਲ ਦੀ ਰਹਿੰਦੀ ਹੈ ਪੂਰੇ ਫੁੱਲ ਸੀਜ਼ਨ ਦੇ ਵਿੱਚ ਭਾਵੇਂ ਚਾਰ ਤੜਾਈਆਂ ਹੋਣ ਇਹਦੇ ਵਿੱਚ ਜੀ ਆਪਾਂ ਜਿਹ ਹਾਰਵੈਸਟਿੰਗ ਦੀ ਗੱਲ ਕੀਤੀ ਹੈ ਜਿਹੜੀ ਪ੍ਰੋਡਕਸ਼ਨ ਦੀ ਤੁਸੀਂ ਕਹਿ ਰਹੇ ਹੋਗੇ ਹਾਂ ਦੇਖੋ ਬਾਕੀ ਤੱਕ ਸਾਰਿਆਂ ਤੋਂ ਵੱਡੀ ਗੱਲ ਤਾਂ ਮਿਹਨਤ ਤੇ ਆ ਜੀ ਡਿਪੈਂਡ ਕਰਦਾ ਹਾਂਜੀ ਸੋ ਮਿਹਨਤ ਆ ਜਾਨੀ ਕਿ ਅਸੀਂ ਇਹਦੀ ਆਪਦੀ ਗੱਲ ਕਰੀਏ ਵੀ ਅਸੀਂ ਪਿਛਲੇ ਸਾਲ 200 ਕੁਆਂਟਲ ਤੱਕ 1 ਏਕੜ ਦੇ ਵਿੱਚੋਂ ਇਹਦਾ ਝਾੜ ਲਿਆ ਗਿਆ ਜੀ ਠੀਕ ਹੈ ਜੀ ਮੈਕਸੀਮਮ ਮੈਕਸੀਮਮ ਹਾਂ ਮਿਨੀਮਮ ਕੀ ਰਿਹਾ ਤੁਹਾਡੇ 5 ਸਾਲਾਂ ਦੇ ਵਿੱਚ ਹਾਂ ਜੀ ਮਿਨੀਮਮ ਜਾਨੀ ਕਿ ਇਹਦਾ ਐਵਰੇਜ ਝਾੜ ਆ ਜਿਹੜਾ ਆਪਾਂ 100 ਤੋਂ 150 ਕੁਆਂਟਲ ਤੱਕ ਕੱਢ ਸਕਦੇ ਹਾਂ ਠੀਕ ਹੈ ਜੀ ਮਿਹਨਤ ਕਰਕੇ ਹਾਂ ਜੀ ਮੈਂ ਕਹਾਂ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਮਾੜੀ ਮਾੜੀ ਫਸਲ ਰਹਿ ਜਾਂਦੀ ਹੈ ਜਾਂ ਕੋਈ ਕੁਦਰਤੀ ਨੁਕਸਾਨ ਹੁੰਦਾ ਤਾਂ 50 ਕੁਇੰਟਲ ਤੱਕ ਫਿਰ ਵੀ ਇਹ ਫਸਲ ਜਾਂਦੀ ਹੈ ਹਾਂ ਜੀ ਬਿਲਕੁਲ ਜੀ ਠੀਕ ਹੈ ਪਰ ਫਿਰ ਫਿਰ ਵੀ ਇੱਕ ਫਟ ਸਵਾਲ ਵੀ ਸਾਰੀ ਫਸਲ ਕਿੰਨੇ ਖਰਚੇ ਨਾਲ ਵੱਲਦੀ ਹੈ ਕਿਉਂਕਿ ਇਹ ਤਾਂ ਪੱਕਾ ਹੀ ਹੋਣਾ ਹੈ ਖਰਚਾ ਤਾਂ ਕੋਈ ਆਪਾਂ ਘਟਵਾਤ ਕਰ ਨਹੀਂ ਸਕਦੇ ਖਰਚਾ ਤਾਂ ਸਮਾਂ ਵੱਧਦਾ ਹੀ ਆਏ ਸਾਲ ਘਟ ਨਹੀਂ ਰਿਹਾ ਹੈਗਾ ਪਰ ਜਿਹੜੀ ਫਸਲ ਦੀ ਪ੍ਰੋਡਕਸ਼ਨ ਹੈ ਉਹ ਕੁਦਰਤ ਤੇ ਡਿਪੈਂਡ ਹੈ ਬਿਲਕੁਲ ਜੀ ਖਰਚਾ ਕਿੱਥੋਂ ਟਿਕ ਜਾਂਦਾ ਖਰਚਾ ਇਹਦੇ ਤੇ ਜੇ ਗੱਲ ਕਰੀ ਆਪਾਂ ਖਰਚਾ ਹੋਰ ਫਸਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਆਉਂਦਾ ਹੈ ਤਕਰੀਬਨ ਇਹਦੇ ਤੇ ਕੋਈ 1 ਲੱਖ ਰੁਪਇਆ ਇੱਕ ਕਿੱਲੇ ਤੇ ਖਰਚਾ ਚਲਾ ਜਾਂਦਾ ਹੈ ਚਾ ਲਿਆ ਜਾਂਦਾ ਠੀਕ ਹੈ 1 ਲੱਖ ਰੁਪਏ ਤੱਕ ਦਾ ਖੂ ਹੈਗਾ ਹਾਂ ਜੀ ਕਿਉਂਕਿ ਉਹਦੇ ਵਿੱਚ ਵੀ ਕਈ ਚੀਜ਼ਾਂ ਲਗੀਆਂ ਵੀ ਦੇਖੋ ਆਪਾਂ ਜੇ ਪਹਿਲੀ ਵਾਰ ਨਵੇਂ ਪੱਧਰ ਤੋਂ ਕੰਮ ਸ਼ੁਰੂ ਕਰਦੇ ਆਂ ਜਿੰਮੇ ਦੇ ਉੱਪਰ ਤਾਰ ਵਗੈਰਾ ਲੱਗਦੀ ਹੈ ਜੀ ਉਹ ਸਾਡੇ ਕੋਲ ਤਾਂ ਚਲੋ ਪੁਰਾਣੀ ਪਈ ਆ ਫਿਰ ਤੋਂ ਉਹ ਹਰ ਵਾਰ ਯੂਜ਼ ਕਰੀ ਜਾਂਦੇ ਆਂ ਵੀ ਜੇ ਕਿ ਫਿਰ ਬੰਦੇ ਨੇ ਨਵੇਂ ਪੱਧਰ ਤੇ ਸ਼ੁਰੂ ਕਰਨਾ ਹੈ ਕੰਮ ਸੋ ਚੀਜ਼ਾਂ ਵੀ ਨਵੀਆਂ ਲੈਣ ਖਰਚੇ ਤੇ ਆਪਾਂ ਨੂੰ ਸਾਰੇ ਕਨਕਲੂਡ ਕਰਨੇ ਹੀ ਪੈਂਦੇ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਮੈਂ ਆਖਰੀ ਇੱਕ ਸਵਾਲ ਦੇ ਵਿੱਚ ਫੇਰ ਭਾਵੇਂ ਕੋਈ ਪਹਿਲੀ ਵਾਰ ਵਾਲਾ ਕਿਸਾਨ ਦੇਖ ਰਿਹਾ ਨਵਾਂ ਕਿਸਾਨ ਦੇਖ ਰਿਹਾ ਇੱਕ ਫੱਟ ਦੇ ਵਿੱਚ ਆਨਸਰ ਵੀ ਖੇਤੀ ਲਾਹੇਵੰਦ ਆ ਰਿਸਕ ਕਿੰਨੀ ਕਾ ਤੇ ਕੀ ਸਨੇਹਾ ਦੇਣਾ ਚਾਹੂਗੇ ਦੇਖਣ ਵਾਲਿਆਂ ਨੂੰ ਖੇਤੀ ਬਹੁਤ ਹੀ ਲਾਹੇਵੰਦ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਹਦੇ ਵਿੱਚ ਗੱਲ ਇਹ ਹੈ ਵੀ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਜੀ ਠੀਕ ਹੈ ਜੇ ਆਪਾਂ ਮੰਨ ਕੇ ਚੱਲੀਏ ਵੀ ਕੈਨੇਡਾ ਅਮਰੀਕਾ ਦੇ ਵਿੱਚ ਆਪਣੇ ਜਿਹੜੇ ਦੋਸਤ ਭਰਾ ਸਾਰੇ ਜਾ ਰਹੇ ਨੇਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂਗਾ ਵੀ ਆਪਾਂ ਜੇ ਉਹੀ ਸੋਚ ਨੂੰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਲੈ ਕੇ ਚੱਲੀਏ ਸੋ ਕੋਈ ਮਾੜਾ ਨਹੀਂ ਹੈਗਾ ਇੱਥੇ ਵਧੀਆ ਪੈਸਾ ਕਮਾਓ ਫਾਕਾ ਪੈਸਾ ਇਹਦੇ ਨਾਲ ਵੀ ਥੋੜੇ ਟਾਈਮ ਦੇ ਵਿੱਚ ਵਧੀਆ ਰਿਕਵਰੀ ਹੋ ਸਕਦੀ ਹੈ ਵਧੀਆ ਆਪਾਂ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਵਧੀਆ ਪੈਸਾ ਕਮਾ ਸਕਦੇ ਹਾਂ ਠੀਕ ਹੈ ਕਿਸਾਨ ਭਰਾਓ ਤੁਸੀਂ ਇਹਨਾਂ ਦਾ ਖੇਤ ਵੀ ਦੇਖਿਆ ਇਹਨਾਂ ਦੀ ਫਸਲ ਵੀ ਦੇਖੀ ਹੈ ਫਸਲ ਹੁਣ 10-15 ਦਿਨਾਂ ਦੇ ਵਿੱਚ ਤੜਾਈ ਸ਼ੁਰੂ ਹੋ ਜਾਣੀ ਹੈ ਇਸ ਵੀਡੀਓ ਦੇ ਨਾਲ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਉਡੇ ਤੋਂ ਲੈ ਕੇ ਰਾੜੇ ਤੱਕ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋਵੇਗੀ ਪਰ ਤੁਹਾਨੂੰ ਜਾਗ ਲੱਗ ਗਿਆ ਹੋਵੇਗਾ ਜੇ ਜਿਸ ਬੰਦੇ ਨੇ ਸ਼ੁਰੂਆਤ ਕਰਨੀ ਹੈ ਉਹਦੇ ਲਈ ਸ਼ਾਇਦ ਇਹ ਵੀਡੀਓ ਸਫੀਸ਼ੀਐਂਟ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਿਸਾਨਾਂ ਨਾਲ ਸਾਂਝੀ ਕਰਿਓ ਬੈਲ ਆਈਕਨ ਕ ਇਸ ਵਕਤ ਦੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਹਰ ਵੀਡੀਓ ਖੇਤੀਬਾੜੀ ਦੇ ਨਾਲ ਜੁੜੀ ਹੋਈ ਤੁਹਾਡੇ ਮੋਬਾਈਲ ਤੇ ਤੁਹਾਨੂੰ ਨੋਟੀਫਿਕੇਸ਼ਨ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਮਿਲਦੀ ਰਹੇ ਤੁਸੀਂ ਸਮਾਂ ਕੱਢਿਆ ਵੀਰ ਜੀ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਥੈਂਕ ਯੂ ਤੁਸੀਂ ਵੀ ਸਾਡੇ ਕੋਲੇ ਆਏ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ